ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ, ਜਵੰਦਾ ਬੁਟੀਕ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਾਂ ਤੁਹਾਡੇ ਲਈ ਲੈ ਕੇ ਆ ਗਏ ਸੋਹਣੇ ਸੋਹਣੇ ਸੂਟ, ਰੰਗ, ਡਿਜ਼ਾਇਨ। ਕੁਛ ਪ੍ਰਿੰਟਡ ਸੂਟ ਦਿਖਾਵਾਂਗੇ, ਕੁਛ ਵਰਕ ਵਾਲੇ ਸੂਟ ਦਿਖਾਵਾਂਗੇ। ਪਲੀਜ਼ ਵੀਡੀਓ ਨੂੰ ਧਿਆਨ ਨਾਲ ਅਤੇ ਐਂਡ ਤੱਕ ਜ਼ਰੂਰ ਵੇਖ ਲਿਓ, ਅਤੇ ਹਰ ਇੱਕ ਫੈਬਰਿਕ ਬਾਰੇ ਦੱਸਿਆ ਜਾਊਗਾ ਵੀ ਇਹ ਕਿਹੜੇ ਫੈਬਰਿਕ ਦੇ ਬਣੇ ਆ, ਕਿਹੜੇ 'ਤੇ ਤੁਸੀਂ ਬਣਾ ਸਕਦੇ ਹੋ, ਕਿਹੜੇ 'ਤੇ ਮਹਿੰਗਾ ਪੈਂਦਾ ਹੈ, ਕਿਹੜੇ 'ਤੇ ਸਸਤਾ ਪੈਂਦਾ, ਮਹਿੰਗਾ ਬਣਾਉਣ ਲਈ ਕੀ ਕਰ ਸਕਦੇ ਹੋ, ਸਸਤਾ ਬਣਾਉਣ ਲਈ ਕੀ ਕਰ ਸਕਦੇ ਹੋ, ਸਾਰੀ ਗੱਲਬਾਤ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਅਤੇ ਹਰ ਵੀਡੀਓ ਵਿੱਚ ਆਪਾਂ ਤੁਹਾਨੂੰ ਫੈਬਰਿਕ ਬਾਰੇ ਦੱਸਦੇ ਹਾਂ ਜੀ ਵੀ ਕਿਹੜਾ ਫੈਬਰਿਕ ਵਧੀਆ ਰਹਿੰਦਾ ਹੈ, ਕਿਹੜਾ ਕਿਵੇਂ ਰਹਿੰਦਾ, ਕਿਹੜਾ ਸਸਤਾ ਰਹਿੰਦਾ ਫੈਬਰਿਕ। ਦੇਖੋ, ਸਾਰੇ ਵਧੀਆ ਨੇ, ਕਈ ਫੈਬਰਿਕ ਇਸ ਤਰ੍ਹਾਂ ਹੁੰਦੇ ਨੇ ਹੈ ਨਾ ਵੀ ਕਈ ਵਿਊਰਸ ਨੂੰ, ਕਈ ਜਿਹੜੇ ਕਲਾਇੰਟ ਹੁੰਦੇ ਨੇ ਉਹਨਾਂ ਨੂੰ ਕੋਈ ਵਧੀਆ ਲੱਗਦਾ ਫੈਬਰਿਕ, ਦੂਸਰੇ ਨੂੰ ਕੋਈ ਵਧੀਆ ਲੱਗਦਾ ਫੈਬਰਿਕ। ਸਾਰੇ ਵਧੀਆ ਹੁੰਦੇ ਨੇ ਜੀ, ਆਪਣੇ ਹਿਸਾਬ ਦੇ ਨਾਲ, ਆਪਣੀ ਬਾਡੀ ਸ਼ੇਪ ਦੇ ਹਿਸਾਬ ਦੇ ਨਾਲ ਜੋ ਵੀ ਤੁਸੀਂ ਪਸੰਦ ਕਰੋਗੇ। ਤੁਸੀਂ ਸਾਡੇ ਕੋਲ ਹਰ ਇੱਕ ਫੈਬਰਿਕ ਅਵੇਲੇਬਲ ਹੈ, ਆਪਾਂ ਤੁਹਾਨੂੰ ਉਹ ਵਾਲੀ ਫੈਬਰਿਕ 'ਤੇ ਕੰਮ ਕਰਕੇ ਦੇਵਾਂਗੇ, ਠੀਕ ਹੈ। ਚਲੋ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਤੁਸੀਂ ਵੇਖਦੇ ਹੋ ਯੂਟਿਊਬ ਚੈਨਲ ਪੰਜਾਬੀ ਕਾਰਨਰ ਤੋਂ, ਇਹ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਜੇ ਫੇਸਬੁੱਕ ਤੋਂ ਵੇਖਦੇ ਹੋ ਇਹ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ, ਫੋਲੋ ਜ਼ਰੂਰ ਕਰ ਲਿਓ। ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਜੀ, ਸਾਰਿਆਂ ਦੇ ਡਿਜ਼ਾਇਨ ਇੰਸਟਾਗ੍ਰਾਮ ਦੇ ਉੱਪਰ ਮਿਲ ਜਾਣਗੇ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਸ਼ੋਅ ਹੋ ਜੂਗਾ। ਜਵੰਦਾ ਗੁਰਮੀਤ ਮੇਰੀ ਇੰਸਟਾਗ੍ਰਾਮ ਦੀ ਆਈਡੀ ਹੈ, ਸਰਚ ਕਰਕੇ ਜਾ ਸਕਦੇ, ਠੀਕ ਹੈ ਜੀ। ਚਲੋ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਓਕੇ, ਫਿਰ ਮੈਂ ਬਾਗੀ ਸੀ ਕਲਰ ਤਾਂ ਲਓ ਜੀ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਆਪਾਂ ਬਾਂਧਣੀ ਦਾ ਸੂਟ, ਅਤੇ ਇਹ ਕਰੇਪ ਵਾਲੀ ਬਾਂਧਣੀ ਹੈ ਜੀ, ਠੀਕ ਹੈ। ਵਧੀਆ ਵਾਲਾ ਕਰੇਪ ਦਾ ਫੈਬਰਿਕ ਹੈ ਇਹਦੇ ਉੱਤੇ ਜਿਹੜਾ ਆਪਾਂ ਵਰਤਿਆ ਹੋਇਆ ਹੈਗਾ, ਅਤੇ ਇਹ ਚਾਕਾਂ ਦਾ ਕੰਮ ਕੀਤਾ ਹੋਇਆ, ਆਪਾਂ ਚਾਕਾਂ ਦੇ ਉੱਪਰ ਸਾਰਾ ਪਫ ਦਾ ਕੰਮ ਕੀਤਾ ਹੋਇਆ, ਅਤੇ ਲੇਸ ਦਿੱਤੀ ਹੋਈ ਹੈਗੀ। ਬਾਂਧਣੀ ਦਾ ਸੂਟ ਹੈ ਅਤੇ ਪਿਸਤਾ ਜਿਹਾ ਕਲਰ ਹੈ, ਇਹ ਮਹਿੰਦੀ ਪਿਸਤਾ ਜਿਹਾ ਇਹ ਸ਼ੇਡ ਹੈ, ਅਤੇ ਇਸ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਬਾਹਾਂ ਨੂੰ 'ਤੇ ਵੀ ਵਰਕ ਕੀਤਾ ਹੋਇਆ। ਬਾਕੀ ਜਿਹੜਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਜੀ, ਤੁਸੀਂ ਆਪਣੇ ਹਿਸਾਬ ਦੇ ਨਾਲ ਕਰਵਾ ਸਕਦੇ ਹੋ, ਠੀਕ ਹੈ। ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਉਸ ਤਰ੍ਹਾਂ ਦਾ ਕੰਮ ਤੁਹਾਨੂੰ ਕਰਕੇ ਦਿੱਤਾ ਜਾਊਗਾ। ਇਹ ਬਾਂਹ ਦੇ ਉੱਪਰ ਆ ਜੂਗਾ ਜੀ, ਪਫ ਦਾ ਕੰਮ ਹੈ, ਅਤੇ ਚਾਕਾਂ ਦੇ ਉੱਪਰ ਵੀ ਕੰਮ ਆ ਜੂਗਾ, ਠੀਕ ਹੈ ਜੀ। ਅਤੇ ਇੱਥੇ ਗੱਲ ਮੈਂ ਤੁਹਾਨੂੰ ਹੋਰ ਇੱਕ ਕਹਿਣੀ ਚਾਹੂੰਗੀ ਜੀ, ਇਹ ਸੂਟ ਦਾ ਰੇਟ ਮਹਿੰਗਾ ਪਊਗਾ। ਕਿਉਂ ਮਹਿੰਗਾ ਪਊਗਾ ਜੀ? ਇੱਕ ਤਾਂ ਜੇ ਤੁਸੀਂ ਇਹਨੂੰ ਨੈਚੁਰਲ ਕਰੇਪ 'ਤੇ ਕਰਵਾਓਗੇ ਜੀ, ਸੂਟ ਦਾ ਰੇਟ ਫਿਰ ਘੱਟ ਜੂਗਾ। ਜੇ ਤੁਸੀਂ ਸੈਮੀ ਚਨੂਨ ਦੇ ਦੁਪੱਟੇ ਨਾਲ ਸੂਟ ਦਾ ਰੇਟ ਕਰਵਾਓਗੇ ਜੀ, 1000 ਰੁਪਏ ਵਾਂਗ ਫਿਰ ਘੱਟ ਜੂਗਾ। ਯਾਨੀ ਕਿ ਦੋਨਾਂ ਸੂਟਾਂ ਦੇ ਮਗਰ ਜੇ ਤੁਸੀਂ ਹੈ ਨਾ ਸੈਮੀ ਚਨੂਨ ਦਾ ਜਾਂ ਨੋਰਮਲ ਚਨੂਨ ਦਾ ਦੁਪੱਟਾ ਜਾਂ ਟੈਬੀ ਦਾ ਦੁਪੱਟਾ ਲਗਵਾ ਲਿਆ, ਅਤੇ ਦੂਸਰੇ ਨੋਰਮਲ ਫੈਬਰਿਕ 'ਤੇ ਕਰਵਾ ਲਿਆ, ਤੁਹਾਡਾ 1700-1800 ਰੁਪਏ ਸੂਟ ਦੇ ਪਿੱਛੇ ਘੱਟ ਜੂਗਾ। ਅਸੀਂ ਕੀ ਫੈਬਰਿਕ ਲਾਇਆ, ਕਿਹੜਾ ਦੁਪੱਟਾ ਲਾਇਆ, ਇਹ ਗੱਲਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ। ਇਹ ਬਾਂਦਰੀ ਦਾ ਫੈਬਰਿਕ ਹੈ ਜੀ, ਉਂਝ ਇਹ ਦਾ ਰੇਟ ਹੈ ਜਿਹੜਾ ਮਹਿੰਗਾ ਹੁੰਦਾ ਦੂਸਰੇ ਨੋਰਮਲ ਕਰੇਪ ਦੇ ਨਾਲੋਂ। ਅਤੇ ਅਗਲੀ ਗੱਲ ਹੈ ਜੀ, ਇਹ ਪਿਓਰ ਚਨੂਨ ਦਾ ਦੁਪੱਟਾ, ਇਹ ਵੀ ਨੋਰਮਲ ਦੁਪੱਟਿਆਂ ਦੇ ਉਹਨਾਂ ਇਹਦਾ ਰੇਟ ਮਹਿੰਗਾ ਹੁੰਦਾ, ਠੀਕ ਹੈ। ਨਾ ਭਰ ਦਾ ਦੁਪੱਟਾ ਜੀ, ਇਹਦਾ ਵਾਈਟ ਦੁਪੱਟੇ ਦਾ ਰੇਟ 1400 ਰੁਪਏ ਆ, ਡਾਈ ਕਰਕੇ ਫਿਨਿਸ਼ਿੰਗ ਫਿਨਿਸ਼ਿੰਗ ਕਰਕੇ ਇਹ 2000 ਦਾ, 1900 ਦਾ ਦੁਪੱਟਾ, ਕੋਈ 1900 ਦਾ ਵੀ ਬਣਦਾ, 2000 ਦਾ ਫਿਨਿਸ਼ਿੰਗਾਂ ਦਾ ਇਹ ਉਹ ਹੈ ਜੀ, ਹੈ ਨਾ। ਕਈ ਫਿਨਿਸ਼ਿੰਗ ਕਰਕੇ 3000-3000 ਦੇ ਦੁਪੱਟੇ ਬਣ ਜਾਂਦੇ ਨੇ ਵੀ ਉਹਦੇ ਉੱਪਰ ਆਪਾਂ ਕਿਸ ਤਰ੍ਹਾਂ ਦੀ ਫਿਨਿਸ਼ਿੰਗ ਕੀਤੀ ਹੈ, ਕਿੰਨੀ ਮਹਿੰਗੀ ਲੇਸ ਲਾਈ ਹੈ, ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ ਹੁੰਦੀਆਂ ਨੇ। ਜਦ ਤੱਕ ਤੁਸੀਂ ਸਾਨੂੰ ਕਲੀਅਰ ਨਹੀਂ ਕਰੋਗੇ, ਹੈ ਨਾ, ਕੁਛ ਭੈਣਾਂ ਕੀ ਕਰਦੀ ਨਾ ਕਿੱਧਰੋਂ ਉੱਧਰੋਂ ਫੋਟੋ ਭੇਜੀ, ਹੈ ਨਾ, ਐਡੇ ਭਾਰੀ ਹੈਵੀ ਬ੍ਰਾਈਡਲ ਲਹਿੰਗੇ ਜੀ ਸਾਨੂੰ ਭੇਜ ਦਿੰਦੀਆਂ ਨੇ ਭੈਣਾਂ, ਦੇਖੋ ਉਹ ਬਹੁਤ ਜ਼ਿਆਦਾ ਕੋਸਟਲੀ ਬਣਦੇ ਨੇ ਜੀ। ਹੈਂਡਵਰਕ ਦੇ ਵਿੱਚ ਉਹਨਾਂ ਦੀ ਕੋਸਟ ਹੈ ਜਿਹੜੀ 50-60 ਹਜ਼ਾਰ ਤੱਕ ਜਾਂਦੀ ਹੈ, ਜਦੋਂ ਆਪਣੇ ਵਰਕਰ ਉਹਨੂੰ ਇਕੱਲਾ ਇਕੱਲਾ ਦਬਕਾ ਲਾ ਕੇ ਬਣਾਊਗਾ। ਫਿਰ ਭੈਣਾਂ ਕਹਿੰਦੀਆਂ ਨੇ ਜੀ ਬਸ ਕਰੋ, ਕੱਲ੍ਹ ਹੁਣ ਇੱਕ ਕਸਟਮਰ ਆਇਆ ਕਹਿੰਦੇ ਜੀ ਬਸ ਕਰੋ। ਦੇਖੋ ਜੀ, ਜਾਂ ਤਾਂ ਤੁਸੀਂ ਫਿਰ ਉਹ ਰੈਡੀ ਮੇਡ ਹੀ ਲਓ, ਜੇ ਤੁਹਾਨੂੰ ਹੈਂਡਵਰਕ ਦੀ ਸਮਝ ਆ ਜੀ ਤੁਸੀਂ ਬਸ ਕਰੋ, ਨਹੀਂ ਕਹੋਗੇ ਹੈ ਨਾ,
ਅਤੇ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਵੀ ਇਹ ਕਿਹੜਾ ਫੈਬਰਿਕ ਹੈ, ਕੰਮ ਕਿਹੜਾ। ਹੁਣ ਇੱਥੇ ਮੈਂ ਤੁਹਾਨੂੰ ਫੁੱਲ ਡਿਟੇਲ ਦੇ ਦਿੱਤੀ ਹੈ, ਤੁਸੀਂ ਸਾਨੂੰ ਦੱਸੋਗੇ ਜੀ ਵੀ ਦੁਪੱਟਾ ਕਿਹੜਾ ਲੈਣਾ ਅਤੇ ਫੈਬਰਿਕ ਕਿਹੜਾ ਲੈਣਾ, ਜਾਂ ਤੁਸੀਂ ਸੇਮ ਦਾ ਰੇਟ ਪੁੱਛੋਗੇ। ਮੈਂ ਪਹਿਲਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਇਹ ਸੂਟ ਦੇ ਰੇਟ 'ਚ ਇਹ ਸੂਟ ਤੁਸੀਂ ਬਣਾਉਣਾ ਹੈ ਨਾ, ਜੇ ਕੋਈ ਕਿਸੇ ਹੋਰ ਫੈਬਰਿਕ 'ਤੇ ਬਣਵਾ ਲਉਂਗੇ 2000 ਤੱਕ ਘੱਟ ਸਕਦਾ ਸੂਟ 'ਚੋਂ ਵੀ ਅਤੇ ਦੁਪੱਟੇ 'ਚੋਂ ਵੀ, ਠੀਕ ਹੈ ਜੀ। ਇੰਨਾ ਫਰਕ ਪੈ ਸਕਦਾ ਵੀ 1000 ਤੁਸੀਂ ਸੂਟ ਦੇ ਫੈਬਰਿਕ 'ਚੋਂ ਬਚਾ ਸਕਦੇ ਹੋ, 1000 ਤੁਸੀਂ ਦੁਪੱਟੇ ਦੇ ਫੈਬਰਿਕ 'ਚੋਂ ਬਚਾ ਸਕਦੇ ਹੋ, 2000 ਰੁਪਏ ਤੁਸੀਂ ਰੇਟ ਦਾ 'ਚੋਂ ਬਚਾ ਸਕਦੇ। ਮੇਰਾ ਤਾਂ ਮਤਲਬ ਹੁੰਦਾ ਜੀ ਤੁਹਾਨੂੰ ਵੀ ਮੈਂ ਇੱਥੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂ ਤਾਂ ਕਿ ਤੁਹਾਨੂੰ ਸਮਝ ਲੱਗੇ, ਹੈ ਨਾ। ਉਹ ਤਾਂ ਹੈ ਨਹੀਂ ਵੀ ਸੈਮੀ ਚਨੂਨ ਦਾ ਦੁਪੱਟਾ ਲਾ ਕੇ ਵੀ ਮੈਂ ਤੁਹਾਨੂੰ ਕਹੀ ਜਾਵਾਂ ਜੀ ਪਿਓਰ ਚਨੂਨ ਦੇ ਦੁਪੱਟੇ ਦੇ ਨਾਲ ਸਿਰਫ 2000 ਦਾ ਸੂਟ, ਹੈ ਨਾ। ਉਹ ਆਪਾਂ ਕਿਸੇ ਨੂੰ ਗੁੰਮਰਾਹ ਨਹੀਂ ਕਰਕੇ ਰੱਖਦੇ ਵੀ, ਹੈ ਨਾ, ਮੈਂ ਤੁਹਾਨੂੰ ਗੁੰਮਰਾਹ ਕਰਿਆ ਜੀ ਆ ਕੇ, ਹੈ ਨਾ। ਕੁਛ ਵੀ ਜਿਹੜੀ ਗੱਲ ਹੁੰਦੀ ਆਪਾਂ ਉਹ ਤੁਹਾਨੂੰ ਸਹੀ ਦੱਸਦੇ ਹੁੰਦੇ ਹਾਂ। ਜਿਵੇਂ ਹੁਣ ਭੈਣਾਂ ਆ ਕੇ ਕਹਿੰਦੀਆਂ ਜੀ ਪਿਓਰ ਕਰੇਪ ਦਾ, ਪਿਓਰ ਕਰੇਪ ਦਾ ਜੀ ਰੇਟ ਆ ਜਿਹੜਾ, ਮਤਲਬ ਕਿ ਜੇ ਤੁਸੀਂ ਸੂਟ 750 ਰੁਪਏ ਮੀਟਰ ਹੈ, 5.5 ਮੀਟਰ 5.25 ਮੀਟਰ ਆਪਾਂ ਤੁਹਾਡਾ ਸੂਟ ਲਵਾਂਗੇ ਜੀ। ਫਿਰ ਉਹਦੀ ਡਾਈ ਦਾ 300 ਰੁਪਏ ਪੈ ਜੂਗਾ, ਤੁਸੀਂ ਐਂ ਦੇਖ ਲਿਓ ਵੀ ਉਹ ਸੂਟ 4500-4000 ਦੇ ਨੇੜੇ ਜਾਂਦਾ, ਠੀਕ ਹੈ। ਲਓ ਜੀ, ਅਤੇ ਨੈਚੁਰਲ ਕਰੇਪ ਅਤੇ ਪਿਓਰ ਕਰੇਪ ਦੇ ਵਿੱਚ ਫਰਕ ਹੁੰਦਾ। ਨੈਚੁਰਲ ਕਰੇਪ ਦਾ ਜਿਹੜਾ ਸੂਟ ਆ 1400-1500 ਦਾ ਬਣ ਜਾਂਦਾ ਜੀ, ਪਿਓਰ ਕਰੇਪ ਦਾ ਸੂਟ ਆ ਜਿਹੜਾ ਜਾ ਕੇ ਆਪਣਾ ਉਹਦਾ ਬਣਦਾ 4500 ਦੇ ਨੇੜੇ ਪਹੁੰਚ ਜਾਂਦਾ, 4000-4500 ਦੇ ਨੇੜੇ, ਠੀਕ ਹੈ। ਜਦੋਂ ਤੱਕ ਤੁਹਾਨੂੰ ਇਹ ਫੈਬਰਿਕ ਦੀ ਸਮਝ ਨਹੀਂ ਆਉਣੀ, ਤੁਹਾਨੂੰ ਟਾਂਕਿਆਂ ਦੀ ਸਮਝ ਨਹੀਂ ਆਉਣੀ ਜੀ, ਉਨਾ ਟਾਈਮ ਤੁਸੀਂ ਰੇਟ ਹੀ ਨਹੀਂ ਕੱਢ ਸਕਦੇ। ਇਹ ਲਓ ਜੀ, ਇਹ ਨੈੱਕ ਦੇ ਉੱਪਰ ਕੰਮ ਆ ਗਿਆ, ਇਹ ਤੁਹਾਨੂੰ ਕਲੀਆਂ ਜਾਣਗੀਆਂ। ਇਹ ਆਪਾਂ ਨੈਚੁਰਲ ਕਰੇਪ ਦੇ ਉੱਪਰ ਕਰਿਆ ਹੋਇਆ, ਪਿਓਰ ਕਰੇਪ 'ਤੇ ਕਰਵਾਓਗੇ ਉਹੀ ਗੱਲ ਮੁੜ ਕੇ ਆ ਜਾਂਦੀ ਵੀ 3000 ਰੁਪਏ ਰੇਟ ਮਹਿੰਗਾ ਪੈ ਜੂਗਾ। ਕਿਸੇ ਹੋਰ ਮਾੜੇ ਮੋਟੇ ਫੈਬਰਿਕ 'ਤੇ ਕਰਵਾ ਲਉਂਗੀ ਜਿਹਦਾ ਰੇਟ ਘੱਟ ਬਣ ਜਾਂਦਾ, ਹੈ ਨਾ, 200 ਰੁਪਏ ਤੁਸੀਂ ਬਚਾ ਵੀ ਸਕਦੇ ਹੋ, ਠੀਕ ਹੈ ਜੀ। 500-400 ਵਧਾ ਵੀ ਸਕਦੇ ਹੋ। ਨਾਲ ਪੈਂਟ ਰੱਖੀ ਹੋਈ ਹੈ ਜੀ ਇਸ ਤਰ੍ਹਾਂ ਦੇ ਨਾਲ, ਠੀਕ ਹੈ। ਪੈਂਟ ਦੇ ਉੱਪਰ ਕੰਮ ਕੀਤਾ ਹੋਇਆ ਅਤੇ ਨਾਲ ਰੱਖਿਆ ਹੋਇਆ ਜੀ ਦੁਪੱਟਾ। ਇਹਨਾਂ ਦੁਪੱਟਾ ਨੋਰਮਲ ਚਨੂਨ ਦਾ ਜਾਂ ਨੈਚੁਰਲ ਚਨੂਨ ਦਾ ਹੈਗਾ, ਅਤੇ ਉਹੀ ਗੱਲ ਆ ਗਈ ਪਿਓਰ ਚਨੂਨ ਦਾ ਲਾਉਂਗੇ ਜੀ 1000 ਰੁਪਏ 900 ਰੁਪਏ ਦੁਪੱਟੇ ਦੇ ਹਿਸਾਬ ਦੇ ਨਾਲ ਰੇਟ ਹੈ ਹਾਈ ਹੋ ਜੂਗਾ, 1000 ਰੁਪਏ ਦੁਪੱਟੇ ਦੇ ਹਿਸਾਬ ਦੇ ਨਾਲ ਰੇਟ ਹੈ ਜਿਹੜਾ ਵੱਧ ਜਾਂਦਾ। ਲਓ ਜੀ, ਠੀਕ ਹੈ, ਇਸ ਤਰ੍ਹਾਂ ਦੇ ਨਾਲ। ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਸਕਰੀਨਸ਼ੋਟ ਲੈ ਲਿਓ ਅਤੇ ਸਾਡੇ ਤੋਂ ਤੁਸੀਂ ਤਿਆਰ ਕਰਵਾ ਸਕਦੇ ਹੋਗੇ। ਨੈੱਕ ਦਾ ਕੰਮ ਆ ਗਿਆ ਅਤੇ ਕਲੀਆਂ ਦਾ ਕੰਮ ਆ ਗਿਆ, ਕਲੀ ਜਰੀ ਜਰੀ ਦਾ ਕੰਮ ਹੈ ਇਹ। ਇਹ ਪ੍ਰਿੰਟਡ ਸੂਟ ਦਿਖਾ ਦਈਏ ਪਹਿਲਾਂ ਆਪਾਂ ਤੁਹਾਨੂੰ, ਇਹ ਵਾਲਾ ਪ੍ਰਿੰਟ ਆਪਣੇ ਕੋਲ ਦੇਖੋ ਜੀ, ਤੁਸੀਂ ਕਹੋਗੇ ਜੀ ਸਾਨੂੰ ਉਹ ਦੇ ਦਿਓ, ਹੈ ਨਾ। ਸੇਮ ਰੰਗ ਤਾਂ ਨਹੀਂ ਮਿਲਣਾ ਹੈਗਾ ਅਤੇ ਇਹਦੇ ਵਿੱਚ ਆਪਣੇ ਕੋਲ ਰੰਗ 2 ਹੋਰ ਪਏ ਨੇ, ਉਹ ਤੁਹਾਨੂੰ ਦਿਖਾ ਦਿੰਦੀ ਹਾਂ। ਇਹ ਮਜੈਂਟਾ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੈਗੀ ਹੈ ਜਿਹਦੀ ਪ੍ਰਿੰਟਿੰਗ ਦੇ ਨਾਲ ਆਪਾਂ ਟੈਬੀ ਦਾ ਇਸ ਤਰ੍ਹਾਂ ਟਾਈ ਡਾਈ ਆਪਾਂ ਇਹਦੇ ਨਾਲ ਦੁਪੱਟਾ ਕਰਵਾ ਦਿੱਤਾ ਹੈਗਾ, ਠੀਕ ਹੈ ਜੀ। ਇਸ ਤਰ੍ਹਾਂ ਟਾਈ ਡਾਈ ਆਪਾਂ ਦੁਪੱਟਾ ਕਰਵਾਤਾ ਅਤੇ ਇਹਦੇ ਨਾਲ ਇਹ ਜਚੂਗਾ, ਜੇ ਇਕੱਲਾ ਪਲੇਨ ਕਰਵਾਉਂਦੇ ਸੀ ਸੋਹਣਾ ਘੱਟ ਲੱਗਦਾ ਸੀ, ਇਸ ਕਰਕੇ ਆਪਾਂ ਇਹਦੇ ਵਿੱਚ ਟਾਈ ਡਾਈ ਪਵਾ ਦਿੱਤਾ ਹੈਗਾ। ਅਤੇ ਇਹਦੇ ਵਿੱਚ ਆਪਣੇ ਕੋਲ ਮੇਰੇ ਕੋਲ 2 ਸੂਟ ਹੋਰ ਪਏ ਨੇ, ਮੈਂ ਤੁਹਾਨੂੰ ਬਿਨਾਂ ਦੁਪੱਟੇ ਤੋਂ ਇਹਨਾਂ ਦੇ ਰੇਟ ਸ਼ੋਅ ਕਰ ਦੂੰਗੀ। 2 ਰੰਗ ਨੇ ਇਹਦੇ ਵਿੱਚ, ਪਹਿਲਾ ਹੈਗਾ ਜੀ ਇਹ ਗ੍ਰੀਨ ਵਾਲਾ, ਠੀਕ ਹੈ। ਬਣੇ ਤੋਂ ਸੂਟ ਬਹੁਤ ਸੋਹਣੇ ਲੱਗਦੇ ਰਹੇ, ਤੁਸੀਂ ਬਣਾ ਸਕਦੇ ਹੋ, ਬਿਲਕੁਲ ਨੋਰਮਲ ਰੇਂਜ ਦੇ ਸੂਟ ਨੇ ਇਹ, ਰਾਮਟੈਕਸ ਦੀ ਕੋਟਨ ਹੈ ਇਹ। ਅਤੇ ਦੂਸਰਾ ਕਲਰ ਇਹਦੇ ਵਿੱਚ ਹੈਗਾ ਜੀ ਰੈੱਡ ਵਾਲਾ, ਦੂਸਰਾ ਕਲਰ ਤੁਹਾਨੂੰ ਇਹਦੇ ਵਿੱਚ ਰੈੱਡ ਮਿਲ ਜੂਗਾ, ਠੀਕ ਹੈ। ਮਜੈਂਟਾ 'ਤੇ ਬਣਾਇਆ ਹੋਇਆ, ਇਹ ਰੈੱਡ ਹੈ, ਉਹ ਗ੍ਰੀਨ ਹੈ, ਜਿਹੜੇ 'ਤੇ ਤੁਸੀਂ ਕਹੋਗੇ ਜੀ ਜਿਹੜਾ ਲੈਣਾ ਹੈਗਾ ਉਹ ਤੁਸੀਂ ਲੈ ਸਕਦੇ ਹੋ, ਠੀਕ ਹੈ। ਇੱਕ ਪ੍ਰਿੰਟ ਤੁਹਾਨੂੰ ਆਪਾਂ ਹੋਰ ਦਿਖਾ ਦਈਏ, ਉਸ ਤੋਂ ਬਾਅਦ ਆਪਾਂ ਤੁਹਾਨੂੰ ਵਰਕ ਵਾਲੇ ਦਿਖਾਉਂਦੇ ਹਾਂਗੇ। ਅਤੇ 2.5 ਮੀਟਰ ਮਿਲਦਾ ਜੀ ਆਪਣੇ ਕੋਲ, ਕੁਛ ਕਸਟਮਰ ਕਹਿੰਦੇ ਨੇ ਜੀ ਸਾਡੀ 2.5 ਮੀਟਰ ਦੇ ਵਿੱਚ ਸਲਵਾਰ ਨਹੀਂ ਬਣਦੀ। ਦੇਖੋ ਬਹੁਤ ਸੋਹਣੀ 2.5 ਮੀਟਰ ਦੇ ਵਿੱਚ ਸਲਵਾਰ ਬਣ ਜਾਂਦੀ ਹੈ, ਜੇ ਤੁਸੀਂ ਬਹੁਤ ਜ਼ਿਆਦਾ ਹੈਵੀ ਪਾਉਂਦੇ ਹੋ ਜੀ ਉਹ ਫਿਰ ਹੈ ਨਾ ਗੱਲ ਵੱਖਰੀ ਹੈਗੀ, ਕਿਉਂਕਿ ਹੁਣ ਨੋਰਮਲ ਸਲਵਾਰਾਂ ਦਾ ਟਰੈਂਡ ਆ, ਬਹੁਤ ਜ਼ਿਆਦਾ ਹੈਵੀ ਸਲਵਾਰਾਂ ਕੋਈ ਨਹੀਂ ਪਾਉਂਦਾ। ਮੈਂ ਵੀ ਨਹੀਂ ਕਹਿੰਦੀ ਵੀ ਤੁਸੀਂ ਸਟਰੇਟ ਸਲਵਾਰ ਪਾਓ, ਪਟਿਆਲਾ ਸਲਵਾਰ ਵੀ ਇਹਦੀ ਬਣ ਜਾਂਦੀ ਹੁੰਦੀ ਹੈ ਜੀ 2.5 ਮੀਟਰ ਦੀ, ਕਿਉਂਕਿ ਬਹੁਤ ਗੁੱਛਿਆਂ ਵਾਲੀਆਂ ਸਲਵਾਰਾਂ ਦਾ ਤਾਂ ਹੁਣ ਰਿਵਾਜ਼ ਚਲਾ ਗਿਆ ਜੀ, ਨਾ ਉਹ ਸੋਹਣੀਆਂ ਲੱਗਦੀਆਂ ਨੇ, ਹੈ ਨਾ। ਲਓ ਜੀ,
ਇਹ ਵੀ ਕੋਟਨ ਦੇ ਵਿੱਚ ਹੈ ਜੀ। ਨੈੱਕ 'ਤੇ ਆਪਾਂ ਇਸ ਤਰ੍ਹਾਂ ਲੇਸ ਲਾ ਦਿੱਤੀ ਹੈਗੀ ਇਸ ਤਰ੍ਹਾਂ, ਠੀਕ ਹੈ, ਇਹ ਕੋਟਨ ਦੇ ਵਿੱਚ ਹੈ। ਅਤੇ ਇਹਦੇ ਨਾਲ ਵੀ ਆਪਾਂ ਪੈਂਟ ਕੀਤੀ ਹੋਈ ਹੈ, ਪੈਂਟ ਬਣਾਈ ਹੈ, ਪਰ ਇਹ ਬਲੈਕ ਕਲਰ ਨਹੀਂ ਮਿਲੂਗਾ ਜੀ। ਦੁਪੱਟਾ ਨਾਲ ਆਪਾਂ ਰੱਖਿਆ ਹੋਇਆ ਜੀ ਟੈਬੀ ਦਾ, ਟੈਬੀ ਲਾਈਨ ਦਾ ਦੁਪੱਟਾ ਰੱਖਿਆ ਇਹਦੇ ਨਾਲ, ਬਹੁਤ ਸੋਹਣਾ। ਜਿਹੜਾ ਇਹ ਮੇਰੇ ਦੁਪੱਟਾ ਲਿਆ ਤਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ, ਇਹ ਵੀ ਟੈਬੀ ਦਾ ਜੀ। ਇਹਨਾਂ ਦੇ ਰੇਟ ਦੇ ਵਿੱਚ ਆਪਸ ਦੇ ਵਿੱਚ 100 ਰੁਪਏ ਦਾ ਫਰਕ ਹੈ। ਇਹ ਵਾਲਾ 100 ਰੁਪਏ ਸਸਤਾ ਪੈਂਦਾ ਜੀ, ਜਿਹੜਾ ਮੈਂ ਤੁਹਾਨੂੰ ਦਿਖਾਈਆ ਮੇਰੇ ਲਿਆ ਹੋਇਆ, ਅਤੇ ਇਹ ਵਾਲਾ ਜੀ ਇਹ 100 ਰੁਪਏ ਮਹਿੰਗਾ ਪੈਂਦਾ। ਇਹੋ ਜਿਹੀਆਂ ਗੱਲਾਂ ਕਰਕੇ ਸੂਟਾਂ ਦੇ ਰੇਟ ਹੈ ਨਾ ਵੱਧਦੇ ਘੱਟਦੇ ਨੇ ਜੀ। ਕਿਸ ਤਰ੍ਹਾਂ ਕਦੇ ਕੋਈ ਦੁਪੱਟਾ ਮਹਿੰਗਾ ਆ ਗਿਆ, ਹੁਣ ਉਹਦੇ ਹਿਸਾਬ ਦੇ ਨਾਲ ਰੇਟ ਆ, ਕੋਈ ਵੱਧ ਗਿਆ ਜੀ, ਕੋਈ ਘੱਟ ਗਿਆ, ਕੋਈ ਕਿਵੇਂ ਹੋ ਗਿਆ, ਠੀਕ ਹੈ। ਇਹ ਬਲੈਕ ਕਲਰ ਹੈ ਜੀ, ਪਰ ਆਪਣੇ ਕੋਲ ਬਲੈਕ ਅਵੇਲੇਬਲ ਨਹੀਂ ਹੈਗਾ, ਇਹਦੇ ਵਿੱਚ ਆਪਾਂ ਨੂੰ ਇਹ ਕਲਰ ਮਿਲ ਜੂਗਾ। ਸੇਮ ਪ੍ਰਿੰਟ ਹੈ ਜੀ, ਸੇਮ ਫੈਬਰਿਕ ਹੈ, ਸਭ ਕੁਛ ਸੇਮ ਹੈ, ਬਸ ਕਲਰ ਦਾ ਫਰਕ ਹੈ। 2.5 ਮੀਟਰ ਮਿਲੂਗਾ ਇਹਦੇ ਵਿੱਚ। ਇਹ ਹੈਗਾ ਸਕਰੀਨ 'ਤੇ ਪ੍ਰਾਈਸ ਸ਼ੋ ਹੋਊਗਾ, ਜਿਹੜਾ ਬਿਨਾਂ ਦੁਪੱਟੇ ਤੋਂ ਹੋਊਗਾ ਜੀ। ਪਹਿਲਾਂ ਵਾਲੇ ਸੂਟ ਦਾ ਵੀ ਜਿਹੜਾ ਹੋਇਆ ਬਿਨਾਂ ਦੁਪੱਟੇ ਤੋਂ ਹੋਇਆ, ਅਤੇ ਇਹਦਾ ਵੀ ਬਿਨਾਂ ਦੁਪੱਟੇ ਤੋਂ ਹੋਇਆ। ਕਾਫੀ ਸੋਹਣੀ ਪ੍ਰਿੰਟਿੰਗ ਹੈ, ਹੰਡਨ ਦੇ ਵਿੱਚ ਸੋਹਣਾ ਜੀ ਕੱਪੜਾ, ਬਿਲਕੁਲ ਪਿਓਰ ਕੋਟਨ ਦਾ ਕੱਪੜਾ। ਅਤੇ ਇਹ ਬਾਹਰ ਕੱਪੜੇ ਜਾਣੇ ਨੇ ਜੀ, ਗ੍ਰੀਨ ਫੀਲਡ ਦਾ ਆਰਡਰ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆ ਜਿਹੜੀ ਲਾਈਨਿੰਗ ਲਿੱਤੀ ਹੋਈ ਹੈ। ਪਰ ਜੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਇੰਡੀਆ ਦੇ ਵਿੱਚ ਕਿਤੇ ਵੀ ਰਹਿੰਦੇ ਹੋਗੇ, ਤਾਂ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਕੋਈ ਖਾਸ, ਠੀਕ ਹੈ ਜੀ। ਸੀ ਥਰੂ ਨਹੀਂ ਹੁੰਦਾ ਇਹਦੇ ਵਿੱਚ। ਲਓ ਜੀ, ਇੱਕ ਤੁਹਾਨੂੰ ਵਰਕ ਵਾਲਾ ਦਿਖਾ ਦਿੰਦੇ ਹਾਂ ਜੀ। ਇਹ ਵਾਲਾ ਸੂਟ ਵੀ ਬਹੁਤ ਸੋਹਣਾ, ਇਸ ਤਰ੍ਹਾਂ ਦੇ ਨਾਲ ਆਪਾਂ ਯੈਲੋ ਕਲਰ ਦੇ ਉੱਪਰ ਕੀਤਾ ਹੋਇਆ। ਅਗਰ ਫੈਬਰਿਕ ਦੀ ਗੱਲ ਕਰੀ ਜਾਏ, ਸਿੱਕੋ ਫੈਬਰਿਕ ਹੈ ਜੀ, ਇਹ ਸਿੱਕੋ ਦੇ ਵਿੱਚ ਹੈ। ਅਤੇ ਲਾਈਨਿੰਗ ਇਹਨੂੰ ਲੱਗਦੀ ਹੈਗੀ, ਪੈ ਜਾਂਦਾ ਜੀ, ਹੁਣ ਅੱਗੇ ਸੀਜ਼ਨ ਆਊਗਾ ਜਿਹੜਾ, ਇਹੀ ਪਊਗਾ ਹੈ ਨਾ। ਤੁਸੀਂ ਵਿਆਹ ਸ਼ਾਦੀਆਂ ਦੇ ਲਈ ਸੂਟ ਬਣਾਉਣੇ ਨੇ, ਕਈ ਰੰਗ 'ਚ ਮਿਲ ਜਾਂਦੇ ਨੇ, ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਜੀ। ਬਹੁਤ ਸੋਹਣਾ ਕੰਮ ਕੀਤਾ ਹੋਇਆ, ਬਹੁਤ ਜ਼ਿਆਦਾ ਸ਼ਾਨਦਾਰ ਕੰਮ ਹੈ ਇਹ, ਪਾਇਆ ਹੋਇਆ ਵੀ ਸੋਹਣਾ ਲੱਗਦਾ, ਠੀਕ ਹੈ ਜੀ। ਅਤੇ ਜੀਰੋ ਟਾਂਕੇ ਦਾ ਕੰਮ ਹੈ, ਇਹ ਵਾਲਾ ਹੈਗਾ ਜੀ ਬਾਂਹ ਦੇ ਉੱਪਰ, ਬਾਂਹ 'ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ। ਦੇਖੋ ਬਿਲਕੁਲ ਆਪਣਾ ਕੰਮ ਸਾਫ਼ ਸੁਥਰਾ ਹੁੰਦਾ ਜੀ, ਕੰਮ ਦੇ ਵਿੱਚ ਆਪਣੇ ਕੋਈ ਵੀ ਨਹੀਂ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਗੱਲਬਾਤ। ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀਰੋ ਟਾਂਕੇ ਦਾ, ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਕਰਵਾਓਗੇ। ਦੁਪੱਟਾ ਇਹਦੇ ਨਾਲ ਪਿਓਰ ਚਨੂਨ ਦਾ ਆ ਗਿਆ ਜੀ। ਇੱਥੇ ਫਿਰ ਮੁੜ ਕੇ ਉਹੀ ਗੱਲ ਆਉਂਦੀ ਹੈ, ਤੁਸੀਂ ਦੁਪੱਟਾ ਨੋਰਮਲ ਚਨੂਨ ਦਾ ਲਉਂਗੇ ਜੀ, ਤੁਸੀਂ 1000 ਰੁਪਏ ਰੇਟ ਆ ਜਿਹੜਾ ਬਚਾ ਸਕਦੇ ਹੋ। ਮੈਂ ਤੁਹਾਨੂੰ ਨੋਰਮਲ ਦੇ ਚਨੂਨ ਦੇ ਨਾਲ ਦੁਪੱਟੇ ਨਾਲ ਰੇਟ ਲਾ ਦੂੰਗੀ ਇੱਥੇ ਦਾ, ਠੀਕ ਹੈ। ਫਿਰ ਕਈ ਭੈਣਾਂ ਕਹਿੰਦੇ ਹਾਏ ਮਹਿੰਗਾ ਪੈ ਗਿਆ, ਹੁਣ ਜਦੋਂ ਕੀ ਕਰੀਏ ਜੀ। ਇੱਕ ਬੰਦਾ ਤਾਂ ਹੁਣ ਦੁਪੱਟਾ ਸਸਤਾ ਲੈਂਦਾ ਹੀ ਨਹੀਂ, ਵਾਲਾ ਕਹਿੰਦਾ ਜੀ ਮੈਂ ਤਾਂ ਪਿਓਰ ਚਨੂਨ ਦਾ ਹੀ ਲੈਣਾ, ਮੈਂ ਦੂਸਰਾ ਨਹੀਂ ਲੈਣਾ, ਮੈਂ ਟੈਬੀ ਨਹੀਂ ਲੈਣੀ, ਮੈਂ ਸੈਮੀ ਦੁਪੱਟਾ ਕੋਈ ਲੈਣਾ ਹੀ ਨਹੀਂ। ਫਿਰ ਸਾਨੂੰ ਮਜਬੂਰੀ 'ਚ ਲਾਉਣਾ ਪੈਂਦਾ ਹੈ ਨਾ। ਜਿਹੜੇ ਹੈ ਨਾ ਭੈਣਾਂ ਨੇ ਜਿਹੜੀਆਂ ਪਿਓਰ ਚਨੂਨ ਦੇ ਦੁਪੱਟੇ ਲੈਂਦੀਆਂ ਨੇ, ਉਹਨਾਂ ਨੂੰ ਅਸਲ ਵਿੱਚ ਕੋਈ ਵੀ ਹੋਰ ਚੰਗਾ ਨਹੀਂ ਲੱਗਦਾ। ਅਤੇ ਪਿਓਰ ਚਨੂਨ ਦਾ ਜੇ ਤੁਸੀਂ ਦੁਪੱਟਾ ਲੈਂਦੇ ਹੋ ਨਾ, ਉਹਨੂੰ ਟਾਈ ਡਾਈ ਨਾ ਕਰਵਾਇਆ ਕਰੋ, ਮਹਿੰਗੇ ਦੁਪੱਟੇ ਨੇ ਇੱਕ ਰੰਗ ਦੇ ਹੀ ਕਰਵਾ ਲਿਆ ਕਰੋ। ਜੇ ਤੁਸੀਂ ਦੁਬਾਰਾ ਕੋਈ ਸੂਟ ਨਾਲ ਜਾਂ ਤੁਹਾਡੇ ਨਾਲ ਮੈਚਿੰਗ ਕਰ ਜੂਗਾ, ਜਾਂ ਕਈ ਵਾਰ ਰੰਗ ਲਹਾ ਕੇ ਲੈਣਾ ਤਾਂ ਵੀ ਵਧੀਆ ਹੋ ਜਾਂਦਾ, ਕਿਉਂਕਿ ਜੇ ਖਰਾਬ ਨਹੀਂ ਹੁੰਦੇ। ਕਦੇ ਨਾ ਕਦੇ ਸਾਡੇ ਸੂਟ ਨਾਲ ਮੈਚਿੰਗ ਕਰ ਜਾਂਦਾ, ਲੇਡੀ ਕੋਲ ਕਿਹੜਾ ਇੱਕ ਅੱਧੇ ਸੂਟ ਹੁੰਦੇ ਨੇ, ਵਾਧੂ ਸੂਟ ਹੁੰਦੇ ਨੇ, ਕਿਤੇ ਨਾ ਕਿਤੇ ਉਹ ਮੈਚਿੰਗ ਕਰ ਜਾਂਦਾ। ਜੇ ਹੁਣ ਆਪਾਂ ਨੂੰ ਟਾਈ ਡਾਈ ਕਰ ਦਿੰਦੇ ਨੇ, ਲੋਟ ਨਹੀਂ ਆਉਣਾ ਸੀ, ਪਰ ਇਹ ਸੂਟ ਕਿਤੇ ਨਾ ਕਿਤੇ ਕਦੇ ਕਢਾਈ ਨਾਲ ਕਦੇ ਸੂਟ ਨਾਲ ਮਿਲ ਜੂਗਾ, ਕੰਮ ਆ ਜੂ ਆਪਣੇ ਦੁਪੱਟਾ, ਠੀਕ ਹੈ। ਪਿਓਰ ਚਨੂਨ ਦੇ ਦੁਪੱਟੇ ਨਾਲ ਤੁਸੀਂ ਟਾਈ ਡਾਈ ਕਰਵਾਇਆ ਕਰੋ, ਮਹਿੰਗੇ ਹੁੰਦੇ ਨੇ, ਤੁਸੀਂ ਸਿੰਪਲੀ ਰੱਖ ਲਿਆ ਜੀ। ਇਹ ਵਾਲਾ ਆਪਾਂ ਕੀਤਾ ਹੋਇਆ ਪਸ਼ਮੀਨੇ ਦੇ ਉੱਪਰ, ਠੀਕ ਹੈ। ਨੈੱਕ ਦਾ ਕੰਮ ਆ ਗਿਆ ਜੀ, ਸਾਰਾ ਮਸ਼ੀਨ ਦਾ ਕੰਮ ਹੈ, ਸੋਹਣਾ ਕੰਮ ਇਹ ਵੀ ਕੀਤਾ ਹੋਇਆ। ਅਤੇ ਬਾਹਾਂ ਦਾ ਕੰਮ ਆ ਗਿਆ, ਚਾਕਾਂ ਦਾ ਕੰਮ ਆ ਗਿਆ, ਪਸ਼ਮੀਨੇ ਦੇ ਉੱਪਰ ਕੀਤਾ ਹੋਇਆ। ਪਸ਼ਮੀਨੇ ਦੇ ਵਿੱਚ ਆਪਣੇ ਕੋਲ ਕਲਰ ਕਾਫੀ ਜ਼ਿਆਦਾ ਅਵੇਲੇਬਲ ਆ ਗਏ ਨੇ ਜੀ, ਤੁਸੀਂ ਸਾਨੂੰ ਪਸ਼ਮੀਨੇ ਦੇ ਔਡਰ ਦੇ ਸਕਦੇ ਹੋਗੇ, ਅਤੇ ਸੂਟ ਆਪਣੀ ਪਸੰਦ ਅਨੁਸਾਰ ਕਰਵਾ ਸਕਦੇ ਹੋ। ਬਹੁਤ ਸੋਹਣਾ ਇਹ ਕੰਮ ਕੀਤਾ ਹੋਇਆ ਜੀ, ਠੀਕ ਹੈ। ਜੀਰੋ ਟਾਂਕਾ ਕਰਵਾ ਲਓ ਜੀ ਪਸ਼ਮੀਨੇ 'ਤੇ, ਬਹੁਤ ਸੋਹਣਾ ਲੱਗਦਾ। ਨਾਲ ਪੈਂਟ ਰੱਖੀ ਹੈ, 2 ਸੂਟ ਨੇ ਜਿਵੇਂ ਨਾ ਮਾਮਾ ਤੇ ਜਾਂਦੇ ਨੇ, ਇੱਕ ਦੇ ਨਾਲ ਸਲਵਾਰ ਰੱਖੀ, ਇੱਕ ਦੇ ਨਾਲ ਪੈਂਟ ਰੱਖੀ ਹੈ। ਜੋ ਵੀ ਤੁਹਾਨੂੰ ਪਸੰਦ ਹੈ ਜੀ, ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ। ਦੁਪੱਟਾ ਰੱਖਿਆ ਨਾਲ ਨੋਰਮਲ ਚਨੂਨ ਦਾ, ਫਿਰ ਉੱਥੀ ਗੱਲ ਆ ਗਈ ਜੇ ਪਿਓਰ ਚਨੂਨ ਦਾ ਰਕਾਉਂ ਲਗਵਾਉਂਗੇ ਰੇਟ ਹੈ ਜਿਹੜਾ ਵੱਜੂਗਾ। ਅਤੇ ਇਸ ਤਰ੍ਹਾਂ ਮਲਟੀ ਸ਼ੇਡ ਦੀ ਇਹਨੂੰ ਆਪਾਂ ਲੇਸ ਦਿੱਤੀ ਹੋਈ ਹੈ, ਜਿਹੜੀ ਵੀ ਕਢਾਈ ਦੇ ਨਾਲ ਮਿਲ ਜਾਂਦੀ ਹੈ ਦੇ ਦਿੰਦੇ ਹਾਂ ਵੀ, ਹੈ ਨਾ।
ਕੋਸ਼ਿਸ਼ ਕਰਦੇ ਹਾਂ ਵੀ ਜਿੰਨੀ ਹੋ ਸਕੀਏ ਨਾਲ ਮਿਲਾਈਏ, ਬਹੁਤ ਸਾਰੀਆਂ ਲੈਸਾਂ ਆਪਾਂ ਲਿਆ ਕੇ ਰੱਖਦੇ ਹਾਂ ਇਕੱਠੀਆਂ ਵੀ ਰੰਗਾਂ ਨੇ ਜਿਹੜੇ ਪ੍ਰੋਪਰ ਮਿਲ ਜਾਣ। ਲਓ ਜੀ ਇਸ ਤਰ੍ਹਾਂ ਦੇ ਨਾਲ ਆਪਣੇ ਕੋਲ ਇਹ ਸੂਟ ਹੈ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ, ਜਿਹੜੇ ਤੁਸੀਂ ਕਹੋਗੇ ਜੀ ਉਹਦੇ ਉੱਪਰ ਤੁਹਾਨੂੰ ਬਣਾ ਕੇ ਦੇ ਦਾਂਗੇ। ਇਹ ਆ ਗਿਆ ਜੀ ਚਾਕਾਂ ਦਾ ਕੰਮ, ਇਹ ਆ ਗਿਆ ਨੈੱਕ ਦਾ ਕੰਮ, ਅਤੇ ਇਹ ਆ ਗਿਆ ਬਾਹਾਂ ਦਾ ਕੰਮ। ਠੀਕ ਹੈ ਜੀ, ਲਓ ਜੀ ਇਹ ਆਪਾਂ ਬਣਾਇਆ ਵਾਈਟ, ਅਤੇ ਇਹ ਆਪਣੇ ਕੋਲ ਵਨ ਸਟਿੱਚ ਜਾਊਗਾ ਜੀ। ਠੀਕ ਹੈ, ਬਾਕੀ ਤੁਸੀਂ ਕਰੇਪ 'ਤੇ ਬਣਾਉਣਾ ਕਿਸੇ ਦੀ ਫੈਬਰਿਕ ਕਰੇਪ 'ਤੇ ਬਣਾਇਆ ਹੋਇਆ, ਨੈਚੁਰਲ ਕਰੇਪ 'ਤੇ ਬਣਾਇਆ ਵਾਈਟ ਦੇ ਉੱਪਰ, ਔਫ ਵਾਈਟ ਜੀ ਆਉਂਦੀ ਹੈ ਇਹ। ਇਹ ਹੈਗਾ ਜੀ ਨੈੱਕ ਦਾ ਕੰਮ, ਅਤੇ ਹੇਠਾਂ ਨੂੰ ਕਲੀਆਂ ਜਾਣਗੀਆਂ। ਠੀਕ ਹੈ, ਘੇਰੇ ਤੋਂ ਕੁਛ ਨਹੀਂ, ਬਸ ਇਸ ਤਰ੍ਹਾਂ ਹੀ ਇਹ ਕਲੀਆਂ ਜਾਣਗੀਆਂ, ਜਿੰਨੀ ਲੈਂਥ ਹੋਊਗੀ ਅਗਲਾ ਰੱਖ ਲਊਗਾ। ਹੁਣ ਨੈੱਕ ਵਾਲੇ ਕੰਮ ਬਹੁਤ ਸੋਹਣੇ ਲੱਗਦੇ ਨੇ, ਅਤੇ ਟਾਈਮ ਵੀ ਹੈ ਜੀ, ਹੁਣ ਨੈੱਕ ਵਾਲੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਜਿਹੜੀ ਵੀ ਤੁਸੀਂ ਅਤੇ ਕਰਵਾਉਣਾ ਚਾਹੁੰਦੇ ਹੋਗੇ। ਇਹਦੀਆਂ ਬਾਹਾਂ 'ਤੇ ਵੀ ਹੈਗਾ ਕੰਮ, ਇਹ ਵਾਲਾ ਕੰਮ ਆਜੂਗਾ ਜੀ ਬਾਹਾਂ ਦੇ ਉੱਪਰ। ਠੀਕ ਹੈ, ਇਸ ਤਰ੍ਹਾਂ ਦਾ ਬੋਰਡਰ ਹੈ ਜਿਹੜਾ ਬਾਹਾਂ ਦੇ ਉੱਪਰ ਆਜੂਗਾ, ਅਤੇ ਬਹੁਤ ਸੋਹਣਾ ਕੰਮ ਹੈ ਜੀ ਜਿਹੜਾ ਨੈੱਕ ਦਾ ਆਜੂਗਾ, ਅਤੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਬੇਬੀ। ਟਾਈਡਾਈ ਕਰਵਾਉਣਾ ਟਾਈਡਾਈ ਕਰਵਾਓ, ਤੁਹਾਡੀ ਮਰਜ਼ੀ ਆ, ਜਿਵੇਂ ਵੀ ਤੁਸੀਂ ਕਹੋਗੇ। ਟਾਈਡਾਈ ਦਾ ਥੋੜ੍ਹਾ ਜਿਹਾ ਰੇਟ ਹੈ ਜਿਹੜਾ ਹਾਈ ਹੋ। ਠੀਕ ਹੈ, ਲਓ ਜੀ ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਵਿੱਚ ਕਈ ਸੂਟ ਦਿਖਾਏ ਨੇ, ਅਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਰੰਗ ਡਿਜ਼ਾਇਨ ਤੁਹਾਨੂੰ ਵਧੀਆ ਲੱਗੇ ਹੋਣੇ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਸੇਜ ਕਰਕੇ ਜ਼ਰੂਰ ਦੱਸਿਓ। ਠੀਕ ਹੈ ਜੀ, ਕੱਲ੍ਹ ਨੂੰ ਫਿਰ ਨਵੇਂ ਸੂਟਾਂ ਦੇ ਨਾਲ ਅਤੇ ਰੰਗਾਂ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ, ਹੰਢਾਉਂਦੇ ਰਹੋ। ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।